बिस्मिल्लाहिर्रहमानिर्रहीम, अस्सलाम वालेकुम मेरे प्यारे भैन भाइयों, मेरे खुश रहो, बाद रहो, हमेशा हंसते मुस्कुराते रहो। अल्हम्दुलिल्लाह मैं बिल्कुल ठीक ठाक, उम्मीद करनी किन्ने के मेरे भैन भैसे बिल्कुल ठीक ठाक खरीत हो सें। ताज विलाग देना शुरू करने हैं। सब तो पहले सारे भैन मैंने सुबह खैर तो जा फिर ली पट्ठे वढ के आ गया। मेरे ख्याल जेना खोती जेना वो वाली बनन गए, वैसे इन्हों के काम चेक करो सारियाँ इतने जेना उत्ते चढ़िया खोतिया ने इन्हें सौदा वगैरह लैमने खुरजी है ਅਤੇ ਗੱਤਾ ਵਗੈਰਾ ਜਿਹੜਾ ਟੋਟਲੀ ਸਾਰਾ ਜਿਹੜਾ ਗੱਤਾ ਇਕੱਠਾ ਕਰਕੇ ਜਿਹੜਾ ਰੱਖ ਦਿੰਦੇ ਹਾਂ, ਕਿਉਂਕਿ ਬਾਈ ਦੋ ਤਿੰਨ ਦਿਨ ਹੋ ਗਏ ਨੇ ਕਿਹਾ ਹੋਇਆ, ਲੇਕਿਨ ਉਹ ਆਇਆ ਕੋਈ ਨਹੀਂ ਆਉਂਦਾ, ਫਿਰ ਜਿਹੜਾ ਸੇਲ ਸਾਰਾ ਟੋਟਲੀ ਜਿਹੜਾ ਕਰ ਦੇਵਾਂਗੇ। ਬਾਈ ਹੋਈ ਆਪਣੀਆਂ ਜਿਹੜਾ ਗਾਈਆਂ ਦੇ ਬੱਚੇ ਜਿਹੜਾ ਉਹ ਵਾਲੇ ਜਿਹੜਾ ਪਿਵਾ ਨਵਾ ਕੇ ਜਿਹੜਾ ਬਣ ਰਿਹਾ, ਕਿਉਂਕਿ ਅੱਜ ਸੁਬਹਾ ਸੁਬਹਾ ਜਿਹੜਾ ਕਾਫੀ ਦੇਰ ਜਿਹੜਾ ਸੂਰਜ ਨਿਕਲਿਆ, ਆਹ ਮੰਮਾ ਸਹਿਨ ਜਿਹੜਾ ਜਿਹੜਾ ਹਵਾਸੀ ਬਣੀ ਖਲੋਤੀ ਕਾਫੀ ਦਿਨ ਨਾਲ ਆਉਣ, ਮੰਮਾ ਸਾਹਿਬ ਨੇ ਕੋਈ ਕੰਮ ਨਹੀਂ ਕੀਤਾ, ਪਸੀਨਾ ਆਉਂਦਾ ਚੈੱਕ ਕਰੋ ਇੱਥੇ ਵੀ ਚੱਲ ਨਾਲ ਆਉਣਾ ਹੀ ਨਹੀਂ ਥਾ ਬਾਈ ਜਿਹੜਾ ਪਾਣੀ ਜਿਹੜਾ ਬਣ ਰਹੇ ਨੇ ਤੁਸੀਂ ਚਲੋ ਫਿਰ ਮੈਂ ਦੇਖੀ ਮੰਮਾ ਸਾਹਿਬ ਅਲੀ ਨੂੰ ਕਹਿ ਲਾ ਨਾਲ ਆਓ ਚੱਲ ਸੁਬਹਾ ਸੁਬਹਾ, ਕਿਉਂਕਿ ਠੰਡਾ ਜਿਹੜਾ ਮੌਸਮ ਜਿਹੜਾ ਬਣ ਜਾਵੇਗਾ ਨਾਪਿਆਂ, ਕਿਉਂਕਿ ਫਿਰ ਜਿਹੜਾ ਆਵਾਸੀ ਹੋਵੇ ਨਾ ਇੱਕ ਵਾਰੀ ਬੰਦਾ ਨਾਲ ਆਵੇ ਨਾ, ਅਤੇ ਬਾਈ ਹੋਰੀ ਆਪਣੇ ਪੱਠੇ ਜਿਹੜਾ ਲੈ ਕੇ ਪਹੁੰਚਿਆ ਨੇ ਇੱਥੇ ਟੋਕੇ ਟੋਕੇ ਜਿਹੜਾ ਤਰੀਕੇ ਤੇਜ਼ ਕਰ ਰਹੇ ਨੇ, ਇਹਦੇ ਕਰਕੇ ਬੜੇ ਤੇਜ਼ ਖੁੱਲ੍ਹਦੇ ਨੇ ਹੁਣ ਜਿਹੜਾ ਆਸਾਨੀ ਨਾਲ ਪੱਠੇ ਜਿਹੜਾ ਕੁਤਰੀ ਜਾਣਗੇ। ਇੱਕ ਸਾਈਡ ਵਾਲੇ ਬਿੱਲੋਰਾਂ ਦੇ ਹੈਗੇ ਨੇ, ਇੱਕ ਸਾਈਡ ਵਾਲੇ ਬਾਈ ਦੇ ਨੇ। ਪਾਜੀ ਹੋਰੀ ਜਿਹੜਾ ਚੈਨਲ ਬਣਾਉਣ ਦੀ ਤਿਆਰੀਆਂ 'ਚ ਹੈਗੇ ਨੇ, ਬੱਕਰੀ ਜਿਹੜਾ ਉਹ ਅੱਜ ਜਿਹੜਾ ਸੇਲ ਕਰੂੰਗੇ ਅਤੇ ਬੈਲ ਵਗੈਰਾ ਜਿਹੜਾ ਲਊ ਨੇ, ਕਹਿ ਰਹੇ ਹਾਂ ਤੁਸੀਂ ਲੈ ਲਓ। ਮੈਂ ਕਿਹਾ ਸਾਡੇ ਕੋਲ ਦਾਡੀ ਬੱਕਰੀ ਚੁੱਕੇ ਦੇ ਪੈਸੇ ਨਹੀਂ ਹੋਣੇ, ਕਿਉਂਕਿ ਬੱਕਰੀ ਮਾਸ਼ਾ ਜਿਹੜਾ ਦੇਸੀ ਹੈਗੀ ਆ ਉਹ ਆ ਜਿਹੜਾ ਪਰਲੀ ਸਾਈਡ ਵਾਲੀ ਖੜੀ ਆਏ ਅਗਲੀ ਬਾਜੀ ਜਿਹੜਾ ਸੇਲ ਕਰੂੰ। ਅੱਗੇ ਜਿਹੜਾ ਬੱਚੇ ਇਹਨੇ ਦਿੱਤੇ ਅਨੋਲੀ ਨੇ, ਤਿੰਨ ਮਾਸ਼ਾ ਜਿਹੜਾ ਬੱਚੇ ਦੇ ਦੀਆਂ ਨੇ ਵਾਲੇ ਸਾਹਮਣੇ ਜਿਹੜਾ ਇੰਨੇ ਜਿਹੜੇ ਬੱਚੇ ਦਿੱਤੇ ਸੀ, ਇੱਕ ਹੋਰ ਦੋ ਜਿਹੜੇ ਵਾਲੇ ਖੜੇ ਨੇ ਆਲੀ ਮਾਸ਼ਾ ਜਿਹੜਾ ਬੱਕਰੀ ਹੈਗੀ ਆ ਸੇਲ ਬਾਜੀ ਜਿਹੜਾ ਕਰਨ ਲੱਗੀ ਨੇ, ਕਾਫੀ ਵੱਡੀ ਸਾਰੀ ਹੈਗੀ। ਇੱਥੇ ਜਿਹੜਾ ਅੰਮੀ ਔਰਾਂ ਲਿਆਈਆਂ ਸਾਲਾਂ ਜਿਹੜਾ ਬਣ ਰਿਹਾ ਹੈਗਾ, ਅਜੇ ਤੁਰ ਪਿਆ ਤਿਆਰੀਆਂ ਮਿਰਚਾਂ ਜਿਹੜਾ ਉਹ ਵਾਲੀਆਂ ਪਤਾ ਨਹੀਂ ਵਿੱਚ ਜਿਹੜਾ ਕੀ ਪਾ ਕੇ ਜਿਹੜਾ ਪਕਾਉਣ ਲੱਗੇ ਕਿ ਸਿਰਫ ਜਿਹੜੇ ਇਹ ਸਾਲਾਂ ਜਿਹੜਾ ਤਿਆਰ ਕਰ ਰਹੇ ਨੇ। ਥਾਪੀਆਂ ਦੀ ਆਗ ਤਾਂ ਬਿਲਕੁਲ ਮੱਠਾ ਮੱਠਾ ਜਿਹੜਾ ਸਾਲਾਂ ਜਿਹੜਾ ਤਿਆਰ, ਸਿਰਫ ਹੀ ਉਹ ਬਣਾਉਣੀ ਆਂਡਾ ਅੰਡੇ ਜਿਹੜਾ ਉਹ ਵਾਲੇ ਵਿੱਚ ਪਾਉਣੇ ਨੇ। ਅਤੇ ਅੰਮੀ ਔਰੀ ਇੱਥੇ ਜਿਹੜਾ ਜਵਾਰ ਦਾ ਬੀਜ ਜਿਹੜਾ ਉਹ ਵਾਲਾ ਤੋਲ ਕੇ ਜਿਹੜਾ ਬਾਈ ਔਰਾਂ ਦੇ ਉਹ ਨੇ, ਕਿਉਂਕਿ ਜਿਹੜਾ ਬੀਜਣ ਲੱਗੇ ਨੇ ਉਹ ਸਾਰੀ ਲੱਗੀ ਪਈ ਜਵਾਰ ਤੋਂ ਖੱਟਾ ਮਿੱਟੀ ਹੋਈ ਪਈ। ਇੱਥੇ ਜਿਹੜਾ ਛਾਣ ਕੇ ਸਾਫ਼ ਕਰਕੇ ਅੰਮੀ ਔਰਾਂ ਦੀਆਂ ਦੁਬਾਰਾ ਫਿਰ ਜਿਹੜਾ ਤੋਰੀਆਂ ਤਿਆਰ ਹੋ ਗਈਆਂ ਨੇ, ਹੁਣ ਜਿਹੜਾ ਫੁੱਲ ਫੁੱਲ ਜਿਹੜਾ ਚਾਹ ਰਹੀਆਂ ਨੇ। ਮਾਸ਼ਾ ਅਲੀ ਰਜ਼ਾਵਰਾਂ ਦਾ ਗਾਰਡਨ ਮਾਸ਼ਾ ਜਿਹੜਾ ਬਿਲਕੁਲ ਦੁਬਾਰਾ ਫਿਰ ਜਿਹੜਾ ਹਰਾ ਭਰਾ, ਉਹ ਛੋਟਾ ਜਿਹਾ ਬਣਿਆ ਹੋਇਆ ਅਤੇ ਕਾਫੀ ਜਿਹੜਾ ਪਿਆਰਾ ਫੁੱਲ ਵੇਖੋ ਕਿੰਨੇ ਪਿਆਰੇ ਪਿਆਰੇ ਜਿਹੜਾ ਖਿਲੇ ਹੋਏ ਨੇ ਬੂਟੀ ਦੇ, ਉਹ ਸਾਹਮਣੇ ਖਿਲਿਆ ਹੋਇਆ ਅਤੇ ਇੱਕ ਜਿਹੜਾ ਆਲਾ ਖਿਲਿਆ ਹੋਇਆ, ਅਤੇ ਬਾਕੀ ਆਲ ਸੂਰਜਮੁਖੀ ਦੇ ਬਾਕੀ ਕੁਝ ਜਿਹੜਾ ਮੱਕੀ ਵਗੈਰਾ ਜਵਾਰ ਇਹ ਵਾਲੀ ਚੀਜ਼ਾਂ ਜਿਹੜਾ ਲੱਗੀਆਂ ਹੋਈਆਂ ਨੇ। ਆਵੇਂ ਰਜ਼ਾ ਇੱਥੇ ਬੋਤਲਾਂ ਦੇ ਵਿੱਚ ਪਾ ਕੇ ਜਿਹੜਾ ਬੂਟੀ ਰੱਖੀ ਹੋਈ ਆ, ਇੱਥੇ ਜਿਹੜਾ ਫੁੱਲ ਕਾਫੀ ਪਿਆਰਾ ਛੋਟਾ ਜਿਹੜਾ ਖਿਲਿਆ ਖੋਤਾ। ਚੱਲ ਕੇ ਜਿਹੜਾ ਅਰੂਜ ਫਾਤਮਾ ਉਹਨਾਂ ਗਾਰ ਗੂਰ ਦਾ ਕੰਮ ਜਿਹੜਾ ਕਰ ਲਿਆਉਣਾ, ਅਤੇ ਚੱਲ ਕੇ ਉਹਨਾਂ ਨੂੰ ਕਹਿੰਦੇ ਹਾਂ ਕਿ ਗੀਆ ਤੋਰੀ ਪਈ ਆ,
ਉਹ ਵਾਲੀ ਜਿਹੜੀ ਨਾਲ ਪਕਾਉਂਦੇ ਹਾਂ, ਤੁਸੀਂ ਕੀ ਪਕਾਉਂਦੇ ਹੋ ਮੰਮਾ ਦੇ ਲਈ? ਹੈਂ ਆਲੂ, ਆਲੂ ਚਲੋ ਠੀਕ ਹੈ। ਇੱਥੇ ਜਿਹੜੇ ਨਾ ਆਹ ਗਾਹ ਪਾਟ ਪਾ ਚ ਬੱਕਰੀਆਂ ਨੂੰ ਜਾਂ ਕਿਸੇ ਸ਼ਾਇਦ ਨੂੰ, ਬੂਟੀਆਂ ਤੇ ਇਹਦੀਆਂ ਖਤਮ ਹੋ ਗਈਆਂ ਨੇ ਸਾਰਾ ਜਿਹੜੇ ਨਾ ਜੰਗਲਿਆਂ ਦੇ ਵਿੱਚ ਗਾਹ ਜਿਹੜੇ ਨਾ ਬਣਿਆ। ਕੀ ਸ਼ਾ? ਫੁੱਲ ਬੱਕਰੀਆਂ ਤੁਹਾਡੇ ਲੈ ਦੇ ਅੰਦਰ ਹੀ ਆ ਜਾਂਦੀਆਂ ਨੇ, ਚਿੱਕੀ ਰੱਖੀਆਂ ਕਰੋ। ਇੱਥੇ ਜਿਹੜੇ ਨਾ ਵੱਡੇ ਬਾਈ ਹੋਰਾਂ ਦੀਆਂ ਮੱਝਾਂ ਬੰਨੀਆਂ ਹੋਈਆਂ ਨੇ, ਸ਼ਾਇਦ ਅਲੀ ਹੋਰਾਂ ਦੀ, ਆਹ ਗਾਂ ਵੀ ਹੈਗੇ ਆ ਅਤੇ ਆਹ ਮੱਝ ਜਿਹੜੇ ਨਾ ਮਾਸ਼ਾਲਾ ਹੁਣ ਸੂਈਆ ਬਿਲਕੁਲ ਜਿਹੜੇ ਨਾ ਛੋਟਾ ਜਿਹਾ ਬੱਚਾ ਹੈਗਾ ਚਲਕਦਨ ਜਿਹੜਾ ਦਿਖਾਉਂਦੇ ਹਾਂ, ਮਾਸ਼ਾਲਾ ਕੱਟੀ ਹੈਗੀ, ਕਿੰਨਾ ਪਿਆਰਾ ਹੈ, ਬਿਲਕੁਲ ਛੋਟਾ ਜਿਹਾ ਆਦਿ, ਬਿਲਕੁਲ ਅੰਮੀ ਤਰ੍ਹਾਂ ਹੀ ਹੈ, ਬਿਲਕੁਲ ਜਿਸ ਤਰ੍ਹਾਂ ਹੁਣ ਦਾ ਕਲਰ ਹੈਗਾ ਨਾ ਸਾਈਡ ਤੋਂ ਵੀ ਅਤੇ ਉਤਲੀ ਸਾਈਡ 'ਤੇ ਮੂੰਹ ਦਾ, ਉਵੇਂ ਜਿਹੜਾ ਉਹਦਾ ਵੀ ਆਦਿ ਅੰਮੀ ਤਰੀਕੇ ਹੀ ਹੈਗੀ। ਇੱਥੇ ਜਿਹੜਾ ਪੱਠੇ ਉਹ ਵਾਲੇ ਜਿਹੜਾ ਖਾ ਰਹੇ, ਪਾਣੀ ਕੋਈ ਥੋੜ੍ਹਾ ਬਹੁਤਾ ਜਿਹੜਾ ਘੱਟ ਗਿਆ ਦਾਨ ਦੀ ਫਸਲ ਲੈਚੀ, ਅਤੇ ਬਾਈ ਹੋਰਾਂ ਦਾ ਤਾਜੇ ਤੁਰੀ ਬਿਲਕੁਲ ਜਿਹੜਾ ਖੁਸ਼ਕ ਨਹੀਂ ਹੋ ਰਿਹਾ ਕਿਉਂਕਿ ਇਹ ਸਾਈਡ ਵੱਲ ਜਿਹੜਾ ਪਾਣੀ ਕਾਫੀ ਸਾਰਾ ਜਿਹੜਾ ਖੜਾ, ਉਹ ਇਹ ਸਾਈਡ ਵੱਲ ਕਰਕੇ ਆਇਆ ਜਿੱਥੇ ਉਹ ਸਾਹਮਣੇ ਦਾ ਨਜ਼ਰ ਜਿਹੜਾ ਪਾਣੀ ਆ ਰਿਹਾ, ਇੰਝ ਕਰਕੇ ਉਹਨਾਂ ਵਿਚਾਰਿਆਂ ਦੇ ਗਾਰਾਂ ਨੂੰ ਪਾਣੀ ਜਿਹੜਾ ਉਹ ਸਾਹਮਣੇ ਵੇਖੋ ਗਾਰ ਨੂੰ ਸੇਜਲ ਜਿਹੜਾ ਚੜ੍ਹੀ ਹੋਈ ਆ, ਇਸ ਤਰ੍ਹਾਂ ਕਰਕੇ ਉੱਧਰੋਂ ਤਾਂ ਇੰਝ ਕਰਕੇ ਜਿਹੜਾ ਆਇਆ। ਅਤੇ ਬਾਈ ਹੋਰਾਂ ਦੀ ਆਹ ਸਾਈਡ ਜਿਹੜਾ ਨੀਵੀਂ ਹੈਗੀ ਸੀ, ਅਗਰ ਇਸ ਤਰ੍ਹਾਂ ਉੱਚੀ ਹੁੰਦੀ ਤਾਂ ਫਿਰ ਵੀ ਥੋੜ੍ਹੀ ਬਹੁਤੀ ਜਿਹੜਾ ਬੱਚਤ ਹੋ ਜਾਣੀ ਹੈ, ਲੇਕਿਨ ਇਹ ਡੂੰਘੀ ਜਗ੍ਹਾ ਜਿਹੜਾ ਕਾਫੀ ਸਾਰੀਆਂ ਤਾਂ ਪਾਰੋ ਸਾਰਾ ਪਾਣੀ ਟੋਟਲੀ ਜਿਹੜਾ ਇੱਥੇ ਸ਼ਾਇਦ ਅਲੀ ਹੋਰੀ ਜਿਹੜਾ ਮੱਝਾਂ ਗਾਵਾਂ ਬੰਨਦੇ ਹਨ ਹੁਣ ਜਿਹੜਾ ਡਾਰੀ ਦੇ ਵਿੱਚ ਜਿਹੜਾ ਡੱਕ ਦਿੰਦੇ ਨੇ, ਅਤੇ ਉਮੀਦ ਹੈਗੀ ਆ ਵੀ ਦਾਨ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਹੁਣ ਬਿਲਕੁਲ ਹਰੀ ਹਰੀ ਜਿਹੜਾ ਹੋ ਗਈ ਆ ਜਿਸ ਤਰ੍ਹਾਂ ਪਹਿਲਾਂ ਹੈ। ਇਸ ਤਰ੍ਹਾਂ ਕਰਕੇ ਟੋਟਲੀ ਸਾਰੇ ਦਾਨ ਵਗੈਰਾ ਜਿਹੜਾ ਲੱਗੇ ਹੋਏ ਨੇ ਚਾਰ ਚੁਟੂ, ਇਸ ਸਾਈਡ 'ਤੇ ਮੈਂ ਖੜੀ ਹਾਂ, ਪਰਲੀ ਸਾਈਡ 'ਤੇ ਸਾਡਾ ਗਾਰ ਹੈਗਾ, ਇਸ ਸਾਈਡ ਵਾਲੇ ਬਾਈ ਹੋਰਾਂ ਦਾ ਹੈਗਾ, ਸਮੋਲ ਸਾਡੀਆਂ ਜਿਹੜਾ ਕੰਡਾਂ ਦੋਵਾਂ ਗਾਰਾਂ ਦੀਆਂ ਇੰਝ ਕਰਕੇ ਜਿਹੜੀਆਂ ਰਲੀਆਂ ਹੋਈਆਂ ਨੇ, ਤਿੰਨ ਗਾਰ ਪਰਲੀ ਸਾਈਡ 'ਤੇ ਆ, ਤਿੰਨ ਗਾਰ ਓਰਲੀ ਸਾਈਡ 'ਤੇ, 6 ਗਾਰਾਂ ਦੀ ਜ਼ਮੀਨ ਜਗ੍ਹਾ ਜਿਹੜਾ ਪਈ ਹੋਈ ਆ, ਬਾਕੀ ਦੋ ਬਾਈਆਂ ਦੀ ਰਹਿੰਦੀ ਆ, ਫੌਜੀ ਬਾਈ ਦੀ ਅਤੇ ਸ਼ੌਕਾ ਤਲੀ ਦੀ, ਉਹਨਾਂ ਨੇ ਇੱਥੇ ਜਿਹੜਾ ਪਾਣੀ ਹੈਗੀ ਆ ਵਾਲੀ ਮਿੱਟੀ ਵਗੈਰਾ ਜਿਹੜਾ ਬਾਈ ਹੋਰਾਂ ਨੇ ਪਾਈ ਆ, ਅਤੇ ਹੁਣ ਜਦੋਂ ਆ ਛੁੱਟੀਆਂ 'ਤੇ ਸਮਲ ਜਦੋਂ ਕਹਿੰਦਾ ਵੀ ਜਿਹੜਾ ਦੋ ਤਿੰਨਾਂ ਮਹੀਨਿਆਂ ਛੁੱਟੀਆਂ ਮਿਲਣਗੀਆਂ ਨਾ, ਉਸ ਵਕਤ ਇੱਥੇ ਜਿਹੜਾ ਐਰੇ ਵਗੈਰਾ, ਕਿਉਂਕਿ ਇੱਟਾਂ ਦੇ ਬਾਈ ਨੇ ਪੈਸੇ ਜਿਹੜਾ ਦਿੱਤੇ ਹੋਏ ਨੇ, ਸਿਰਫ ਜਿਹੜਾ ਮਿਸਤਰੀ ਲਾਉਣ ਵਾਲੇ ਹੈਗੇ ਨੇ, ਜਦੋਂ ਆਪ ਕੋਲ ਹੋਇਆ ਕਿਉਂਕਿ ਅੰਮੀ ਜੀ ਇੱਕਾ ਜਿਹੀ ਗਰੇ ਹੁੰਦੀ ਆ, ਅਤੇ ਉਹਦੇ ਕੋਲ ਫਿਰ ਸਾਰਾ ਸਮਾਨ ਲਓ, ਜਿਸ ਤਰ੍ਹਾਂ ਉਹਨੇ ਆਪ ਜਗ੍ਹਾ ਜਿਹੜਾ ਪਾਣੀ ਪੂਣੀ ਹੋਈ ਫਿਰ ਉਸੇ ਤਰੀਕੇ ਜਿਹੜਾ ਪਵਾ ਲਵੇਗਾ ਤਾਂ ਦੀ ਪਰ, ਅਤੇ ਜਦੋਂ ਇਨਸ਼ਾਲਾ ਜਗ੍ਹਾ ਪਈ ਉਦੋਂ ਇਨਸ਼ਾਲਾ ਆਦਿ ਬਹਿਣ ਬਗੀਆਂ ਜਿਹੜਾ ਸ਼ੇਅਰ ਵੀ ਕਰਾਂਗੇ ਬਾਹਰ ਲਾਜ਼ਮੀ। ਅਤੇ ਇੱਥੇ ਜਿਹੜਾ ਟਾਣ ਟੂਣ ਚੱਕ ਜਿਹੜਾ ਕੋਲ ਹੀ ਜਿਹੜਾ ਰੱਖ ਦਿੰਦੇ ਨੇ, ਇਹ ਹੀ ਚੱਕ ਜਿਹੜਾ ਬਾਲਣ ਪਾ ਕੇ ਆਦਿ ਜਿਹੜਾ ਆਰਾਮ ਸਕੂਨ ਨਾਲ ਰੋਟੀਆਂ ਜਿਹੜਾ ਲੱਗ ਜਾਂਦੀਆਂ ਨੇ। ਅਤੇ ਹੁਣ ਜਿਹੜਾ ਚੱਲਣੇ ਅੰਮੀ ਜਿਹੜਾ ਉੱਥੇ ਜਵਾਰ ਜਿਹੜਾ ਉਹ ਵਾਲੀ ਜਿਹੜਾ ਖਲੀ ਕਰ ਰਹੀ, ਅਤੇ ਉਹ ਗੱਟਾ ਮਿੱਟੀ ਜਿਹੜਾ ਵਿੱਚੋਂ ਨਿਕਲ ਜਾਵੇਗਾ, ਅਤੇ ਉਸ ਤੋਂ ਬਾਅਦ ਜਿਹੜਾ ਬਾਈ ਹੋਰੀ ਆਪਣੀ ਜ਼ਮੀਨ ਦੂਸਰਾ ਜ਼ਮੀਨ ਦੇ ਵਿੱਚ ਜਿਹੜਾ ਬੀਜ ਲੈਣਗੇ। ਕੁੱਕੜੀਆਂ ਹੀ ਆਈਆਂ ਫਿਰਦੀਆਂ ਨੇ, ਸ਼ਾਇਦ ਇੱਥੇ ਜਿਹੜਾ ਖੋਤੀ ਦੀ ਕਾਠੀ ਜਿਹੜਾ ਬਣਾਉਂਦਾ ਪਿਆ, ਰੱਸੇ ਰੁੱਸੇ ਗੜਦਾ ਪਿਆ, ਨਵਾਂ ਵਾਟ ਲੈ ਤਾਂ ਬੁੱਤਾ ਜੇ। ਅੱਛਾ ਕੱਟੀ ਨੂੰ ਪਾਓ, ਅਗਲੇ ਦੀ ਕੱਟੀ ਜੰਮੀ ਕੱਟੀ ਨੂੰ ਪਾਊ। ਹਾਂ ਉਹਦੇ ਵਾਸਤੇ ਬੰਦੋਬਸਤ ਕਰਦਾ ਪਿਆ ਕੱਢ ਕੇ। ਲੈ ਕੋਈ ਲਾਇਆ ਲੀਰਾਂ ਲੂਰਾਂ ਉਹ ਉਹ ਬਲਕਿ ਉਹ ਸੀ ਨਰਮ, ਕਿਉਂਕਿ ਜਿਹੜਾ ਕੱਪੜੇ ਦਾ ਬਣਿਆ ਹੋਇਆ ਰੱਸਾ ਉਹ ਨਰਮ ਹੋਣਾ, ਅਤੇ ਥੋੜ੍ਹਾ ਜਿਹਾ
ਪਾਣੀ ਦੀ ਵਜ੍ਹਾ ਨਾਲ ਨਾ ਸ਼ਹਿਦ ਲਈ ਉਹ ਬੱਕਰੇ ਜਿਹੜੇ ਨੇ ਇੱਥੇ ਰਸਤੇ ਦੇ ਵਿੱਚ ਹੀ ਜਿਹੜਾ ਪਾਉਂਦੇ ਨੇ ਕਿਉਂਕਿ ਸਾਰਾ ਦਿਨ ਬਜ਼ਾਰੇ ਫਿਰ ਜਿਹੜਾ ਭੁੱਖੇ ਨਾ ਖੜ੍ਹੇ ਰਹਿਣ ਤਾਂ ਦੀ ਪਰ ਉਹ ਇੱਥੇ ਪਾ ਕੇ ਜਦੋਂ ਹੁਣ ਰੱਜ ਜਾਣਗੇ ਫਿਰ ਕਿਧਰੇ ਜਿਹੜਾ ਸੁੱਕੀ ਜਗ੍ਹਾ ਜਿਹੜਾ ਬਣਦੇ ਸੀ। ਤੀਸਰਾ ਜਿਹੜਾ ਆਦਾ ਫਿਰਦਾ ਇੱਕ ਟਹਿਣੀ ਛਿੱਕ ਕੇ ਉਹ ਜਿਹੜਾ ਖਾਂਦਾ ਪਿਆ। ਬਾਈ ਸਾਹਿਬ ਹੋਰ ਪੱਠੇ ਪੁੱਠੇ ਆਦਿ ਕੁਤਰ ਕੇ ਵਿਹਲੇ ਹੋ ਗਏ ਟਾਈਮੋ ਟਾਈਮ ਹੀ। ਬਾਕੀ ਬਿੱਲੋ ਜਿਹੜਾ ਕਮੀਜ਼ ਕੋਈ ਨਹੀਂ ਪਾਈ ਬੰਦੀ, ਚੱਲ ਜੱਗਾ ਪਾਇਆ ਭੱਜ। ਇੱਥੇ ਜਿਹੜਾ ਆਪਦਾ ਰੱਖ ਦਿੱਤਾ ਪਰ ਇੱਥੇ ਚੱਕ ਚੱਕ ਕੇ ਆਪਦਾ ਆਰਾਮ ਸਕੂਨ ਨਾਲ ਜਿਹੜਾ ਮੱਝਾਂ ਨੂੰ ਪਾ ਲਏ ਸੀ ਅਤੇ ਚੱਲਦੇ ਹਾਂ ਹੁਣ ਜਿਹੜਾ ਘਰੇ ਸਵੇਰਾ ਰੂਹ ਜੋਰਨ ਕਹਿੰਦੇ ਹਾਂ ਵੀ ਕੋਈ ਜਿਹੜਾ ਸਾਲਾਂ ਸੁਲਾਂ ਦੇ ਇੰਤਜ਼ਾਮ ਟਾਈਮੋ ਟਾਈਮ ਹੀ ਬਣਾ ਲਵਣ ਕਿਉਂਕਿ ਗਰਮੀ ਜਿਹੜਾ ਜ਼ਿਆਦਾ ਜ਼ਿਆਦਾ ਜਿਹੜਾ ਹੁੰਦੀ ਜਾਂਦੀ। ਭਾਈ ਉਹਦੀ ਸਾਹਮਣੇ ਜਿਹੜਾ ਪੱਠੇ ਚੱਕ ਕੇ ਲੈ ਕੇ ਆ ਰਹੇ ਕਿੰਨੀ ਮੁਸ਼ਕਿਲ ਨਾਲ ਇੱਥੇ ਦੇਖੋ ਵਿਚਾਰਾ ਥੱਲੇ ਜਿਹੜਾ ਕੰਨੀ ਦੋਹਰੀ ਹੋਈ ਜਾਂਦੀ। ਨਹਿਰ ਦੀ ਪਰਲੀ ਸਾਈਡ 'ਤੇ ਬਾਈ ਹੋਰਾਂ ਦਾ ਘਰ ਹੈਗਾ, ਉਹ ਇਸ ਸਾਈਡ ਵਾਲੇ ਸਾਹਮਣੇ ਇੱਥੋਂ ਜਿਹੜਾ ਲੱਕੜ ਤੋਂ ਲੰਘਣਗੇ, ਲੱਕੜ ਤੋਂ ਹੀ ਲੰਘਣਾ ਜਿਹੜਾ ਬੜਾ ਮੁਸ਼ਕਿਲ ਹੈਗਾ। ਬਲਕਿ ਅੱਜ ਚੱਲ ਕੇ ਤੁਹਾਨੂੰ ਜਿਹੜਾ ਦਿਖਾਉਂਦੇ ਹਾਂ ਵੀ ਕਿਸ ਤਰ੍ਹਾਂ ਜਿਹੜਾ ਇੱਥੋਂ ਜਿਹੜਾ ਲੰਘਦੇ ਨੇ। ਸਮਝ ਲਓ ਬਿਲਕੁਲ ਕੋਈ ਲੱਕੜ ਲੰਘਿਆ ਰੱਖਿਆ ਹੋਇਆ ਤਾਂ ਉਹਦੇ ਉੱਤੋਂ ਜਿਹੜਾ ਬੱਚੇ ਬੁੱਚੇ ਅਤੇ ਇਸ ਤਰ੍ਹਾਂ ਦਾ, ਮੈਨੂੰ ਤਾਂ ਮੁਸ਼ਕਿਲ ਲੱਗ ਰਿਹਾ ਬਾਈ ਹੋਰੀ ਕਿਵੇਂ ਜਿਹੜਾ ਲੰਘਣਗੇ। ਬਿਜਲੀ ਚੱਲੀ ਹੋਈ ਹੈ ਇੱਥੇ ਮੰਮਾ ਸੈਨ ਹੋਰੀ, ਜਦੋਂ ਦੀ ਮੈਂ ਇੱਥੋਂ ਗਈ ਹਾਂ ਨਾ ਉਦੋਂ ਦਾ ਯਾਦ, ਉੱਥੇ ਠੰਡਾ ਠੰਡਾ ਪਾਣੀ ਲੱਗਦਾ ਪਏ ਨੇ ਅਤੇ ਦੋਵੇਂ ਤਿੰਨ ਦੋਵੇਂ ਬਾਈ ਜਿਹੜਾ ਆਦ ਆਰਾਮ ਸਕੂਨ ਉੱਥੇ ਜਿਹੜਾ ਨਹਾ ਰਹੇ ਨੇ। ਉਹ ਸਾਹਮਣੇ ਕੋਈ ਹੋਰ ਮੇਰੇ ਖਿਆਲ ਉਹਦੇ ਚਾਚੂ ਜਿਹੜਾ ਹੋ ਗਿਆ ਆਹ ਵੀ ਕੋਈ ਗਾਹ ਪੱਟ ਕੇ ਜਿਹੜਾ ਇੱਥੇ ਉਹਨਾਂ ਨੇ ਜਿਹੜਾ ਰੇੜੀ ਦੇ ਉੱਤੇ ਜਿਹੜਾ ਲੱਦਿਆ ਹੋਏ, ਬਿਲਕੁਲ ਆਸਾਨ ਹੈਗਾ ਸਮਝ ਲਓ ਆਦ ਆਰਾਮ ਸਕੂਨ ਨਾਲ ਜਿਵੇਂ ਪੱਟ ਕੇ ਉੱਤੇ ਜਿਹੜਾ ਲੱਦ ਕੇ ਘਰ ਲੈ ਕੇ ਜੇ ਜਿੰਨੇ ਸਿਰ 'ਤੇ ਲੈ ਕੇ ਜਾਣਾ ਨਾ ਉਹਨੂੰ ਕਾਫੀ ਸਾਰਾ ਮੁਸ਼ਕਿਲ ਆ। ਕੋਈ ਤੋਰੀਆਂ ਵੇਖਣੇ ਅਗਰ ਇੱਥੇ ਜਿਹੜਾ ਖੜੀਆਂ ਨੇ ਥੋੜ੍ਹੀਆਂ ਬਹੁਤੀਆਂ ਪਈਆਂ ਨੇ, ਗੀਆ ਤੋਰੀ ਵਿੱਚ ਜਿਹੜਾ ਇਹ ਪਾ ਦੇ ਸਿੱਖ ਤੋਰੀ ਤਾਂ ਜਿਹੜਾ ਮਿਲ ਗਈ ਹੈ ਤਾਂ ਛੋਟੀ ਜਿਹੀ ਲੇਕਿਨ ਜਿਹੜਾ ਚਲੋ ਪਾ ਲਵਾਂਗੇ ਵਿੱਚ। ਇੱਥੇ ਜਿਹੜਾ ਬਿਲਕੁਲ ਜਿਹੜਾ ਔਰਤ ਕੋਈ ਸਾਹਮਣੇ ਇਹ ਵੀ ਛੋਟੀ ਹੈ, ਥੱਲੇ ਵਾਲੀ ਸਾਈਡ 'ਤੇ ਆਉਣੀਆਂ ਨੇ ਜ਼ਿਆਦਾ ਅਤੇ ਉਹ ਕਿਸੇ ਨੇ ਤੋੜ ਲਈਆਂ ਨੇ ਖਰ ਬਾਜੀ ਹੋਰਾਂ ਨੇ ਤੋੜੀਆਂ ਨੇ ਕਿੰਨੇ ਹੋਰ ਜਿਹੜਾ ਬਿਲਕੁਲ ਨਹੀਂ ਖੜੀਆਂ। ਹੁਣ ਜਿਹੜਾ ਕੱਦ ਜ਼ਿਆਦਾ ਜਿਹੜਾ ਵੱਡਾ ਕੀਤੀ ਜਾਂਦੀਆਂ ਤੋਰੀਆਂ ਮੇਰੇ ਖਿਆਲ ਹੈ ਘੱਟ ਲੱਗਦੀਆਂ ਨੇ ਕਿ ਪਤਾ ਨਹੀਂ ਕੋਈ ਜਿਹੜਾ ਰੋਜ਼ ਦੇ ਰੋਜ਼ ਤੋੜ ਲੈਂਦਾ। ਦੇਖਦੀ ਤਾਂ ਮੈਂ ਰੋਜ਼ ਹਾਂ ਲੇਕਿਨ ਮੈਨੂੰ ਤੋਰੀਆਂ ਬਿਲਕੁਲ ਜਿਹੜਾ ਨਹੀਂ ਮਿਲਦੀਆਂ ਅਤੇ ਉਹ ਤਾਂ ਬਿਲਕੁਲ ਜਿਹੜਾ ਸਾਰੀਆਂ ਉੱਥੇ ਸਮਝ ਲਓ ਜਿਹੜਾ ਮੱਝਾਂ ਗਾਵਾਂ ਆਉਂਦੀਆਂ ਨੇ ਤਾਂ ਉਹ ਤਾਂ ਬਿਲਕੁਲ ਸਾਰੀਆਂ ਜਿਹੜਾ ਖਰਾਬ ਹੋ ਗਈਆਂ, ਉੱਥੇ ਤੋਂ ਤੋਰੀਆਂ ਬਿਲਕੁਲ ਦਿਖਦੀਆਂ ਹੀ ਕੋਈ ਨਹੀਂ, ਇੱਥੇ ਤੋਰੀਆਂ ਐਣ ਤੱਕ ਕੇ ਕੋਈ ਨਹੀਂ ਅਤੇ ਇੱਥੇ ਬਿਲਕੁਲ ਜਿਹੜਾ ਮੱਝਾਂ ਗਾਵਾਂ ਬਾਈ ਔਰ ਜਿਹੜਾ ਦੇਖ ਹੀ ਰੱਖਦੇ ਨੇ ਅਤੇ ਇੱਥੇ ਬਿਲਕੁਲ ਜਿਹੜਾ ਸਹੀ ਖਲੋਤੀਆਂ ਨੇ ਇਹ ਇਨਸ਼ਾਅੱਲਾ ਤੋਰੀਆਂ ਦੇਣਗੀਆਂ। ਹੁਣ ਚਲੋ ਗੱਟ ਲੱਗ ਰਹੀਆਂ ਨੇ ਥੋੜ੍ਹੇ ਦਿਨਾਂ ਤੀਕਰ, ਫਿਰ ਇਹ ਫੋਟ ਚਾਵਣਗੀਆਂ ਦੁਬਾਰਾ ਫੁੱਲ ਲਵਣਗੀਆਂ ਫਿਰ ਇਹ ਤੋਰੀਆਂ ਦੇਵਣਗੀਆਂ। ਮੰਮਾ ਸੈਨ ਔਰ ਸਾਧ ਮਾਰਿਆ ਜ਼ੇਬ ਲਈ ਉਹ ਸਾਹਮਣੇ ਲੈ ਰਿਹਾ ਅਤੇ ਆ ਰਿਹਾ ਅਤੇ ਮੰਮਾ ਸੈਨ ਕਹਿ ਰਿਹਾ ਮੈਂ ਜਿਹੜਾ ਆ ਰਿਹਾ। ਬਾਈ ਹੋਰੀ ਆਪਣੀਆਂ ਮੱਝਾਂ ਜਿਹੜਾ ਉੱਥੇ ਜਿਹੜਾ ਚੜਾਈ ਕਰ ਰਹੇ ਨੇ, ਬਾਕੀ ਦੂਸਰਾ ਜਿਹੜਾ ਇੱਥੇ ਜਿਹੜਾ ਵੱਛਾ ਗਾਂ ਦਾ ਜਿਹੜਾ ਬੰਨਿਆ ਖੋਤਾ, ਬਾਕੀ ਜਿਹੜੀਆਂ ਬਾਈ ਦੀਆਂ ਸੂਈਆਂ ਹੋਈਆਂ ਮੱਝਾਂ ਨੇ ਉਹ ਇੱਥੇ ਜਿਹੜਾ ਬੰਨੀਆਂ ਹੋਈਆਂ ਨੇ ਹੇਠ ਥੱਲੇ ਜਿਹੜਾ ਛਾਂ ਦੇ, ਕਿਉਂਕਿ ਫਿਰ ਜਿਹੜਾ ਉਹਨਾਂ ਦੇ ਛੋਟੇ ਬੱਚੇ ਵੀ ਆਉਂਦੇ ਨੇ ਅਤੇ ਫਿਰ ਤਾਂ ਦੀ ਪਾਰੂ ਬਾਈ ਹੋਰੀ ਜਿਹੜਾ ਛਾਂ 'ਤੇ ਬੰਨ ਦਿੰਦੇ, ਫਿਰ ਸਾਰਾ ਦਿਨ ਜਿਹੜਾ ਫਿਕਰ ਕੋਈ ਨਹੀਂ ਆਉਂਦੀ ਅਤੇ ਪੱਠੇ ਇੱਥੋਂ ਚੁੱਕਣਗੇ ਚਾਹ ਕੇ ਜਿਹੜਾ ਪਾ ਦੇਣਗੇ
ਅਤੇ ਬਿਲਕੁਲ ਸੇਫ ਉੱਥੇ ਜਿਹੜਾ ਖੜੀਆਂ ਰਹਿਣਗੀਆਂ, ਪਾਣੀ ਪੂਣੀ ਉੱਥੇ ਹੀ ਜਿਹੜਾ ਆਪਦਾ ਆਰਾਮ ਸਕੂਨ ਨਾਲ ਪਿਲਾ ਲਿਆ ਅਤੇ ਉੱਥੇ ਫਿਰ ਦੁਬਾਰਾ ਜਿਹੜਾ ਬੰਨ ਦਿੱਤੇ ਅਤੇ ਇਹਨਾਂ ਬਾਈਆਂ ਦੀਆਂ ਮੱਝਾਂ ਮਾਸ਼ਾਅੱਲਾ ਜਿਹੜਾ ਤਿੰਨ ਚਾਰ ਜਿਹੜਾ ਸੂਈਆਂ ਹੋਈਆਂ ਪੱਠੇ ਪੁੱਠੇ ਲੈ ਕੇ ਜਿਹੜਾ ਇਹ ਵੀ ਪਹੁੰਚਿਆ। ਆਹ ਵਾਲੀਆਂ ਮੌਜਾਂ ਸਭ ਤੋਂ ਜ਼ਿਆਦਾ ਜਿਹੜਾ ਨਾਲ ਲੱਗੀਆਂ ਹੋਈਆਂ ਨੇ, ਖੁੱਲ੍ਹੀ ਜ਼ਮੀਨ ਹੈਗੀ ਆਪਦਾ ਆਰਾਮ ਸਕੂਨ ਨਾਲ ਕੁੱਕੜੀਆਂ ਮੱਝਾਂ ਗਾਵਾਂ ਆਦਿ ਇੱਥੇ ਜਿਹੜਾ ਖਾਂਦੀਆਂ ਪੀਂਦੀਆਂ ਰਹਿੰਦੀਆਂ ਨੇ। ਅਤੇ ਵੱਡੇ ਬਾਈ ਹੋਰਾਂ ਲਈ ਕੁਛ ਜਿਹੜਾ ਮਹਿਮਾਨ ਆਏ ਹੋਏ ਨੇ ਅਤੇ ਜਾਂ ਫਿਰ ਜਿਹੜਾ ਵੱਡੇ ਬਾਈ ਨੂੰ ਜਿਹੜਾ ਹੁੱਕਾ ਤਿਆਰ ਕਰਕੇ ਜਿਹੜਾ ਦੇਣ ਲੱਗਾ, ਕਿਉਂਕਿ ਉਹ ਕੋਈ ਮਹਿਮਾਨ ਹੈਗੇ ਨੇ ਉਹ ਜਿਹੜਾ ਹੁੱਕਾ ਪੀਂਦੇ ਨੇ ਉਹਨਾਂ ਨੇ ਜਿਹੜਾ ਹੁੱਕਾ ਤਿਆਰ ਕਰਕੇ ਜਿਹੜਾ ਦੇ ਲਿਆ। ਇੱਥੇ ਜਿਹੜਾ ਮੰਗਾਂ ਨਾਲ ਆਈ ਮਾਈ ਆਈ ਆ ਤਾਂ ਉਹਦੇ ਜਿਹੜਾ ਵੇਖੋ ਛੋਟੇ ਛੋਟੇ ਜਿਹੜਾ ਬੱਚੇ ਹੈਗੇ ਨੇ ਜ਼ੇਬ ਲਿਨ ਕੇ ਅੱਜ ਜਿਹੜਾ ਬਿਸਕਟ ਚੁੱਕ ਲਿਆ ਦੁਕਾਨ 'ਚ ਤਾਂ ਉਹਨਾਂ ਨੇ ਜਿਹੜਾ ਦਿਓ, ਕਿਉਂਕਿ ਕਹਿ ਰਿਹਾ ਮੈਨੂੰ ਜਿਹੜਾ ਭੁੱਖ ਲੱਗੀ ਆ ਛੋਟਾ ਜਿਹਾ ਬੱਚਾ। ਬਿਲਕੁਲ ਛੋਟੇ ਛੋਟੇ ਜਿਹੜੇ ਬੱਚੇ ਨੇ। ਸ਼ਾਇਦ ਨਹੀਂ ਮਾਂ ਜਿਹੜਾ ਪਿਲਾਉਣ ਜਾ ਰਿਹਾ ਅਤੇ ਜ਼ੇਬ ਜਿਹੜਾ ਪਾਣੀ ਬੱਚਿਆਂ ਨੇ ਮੰਗਿਆ ਉਹਨਾਂ ਨੂੰ ਜਿਹੜਾ ਬੋਤਲ ਵਿੱਚ ਪਾਣੀ ਜਿਹੜਾ ਦੇ ਕੇ ਆ ਰਿਹਾ। ਇੱਕ ਜਿਹੜਾ ਨਾਲ ਉਹਨਾਂ ਦੀ ਜਿਹੜਾ ਮੱਝ ਵੀ ਬੰਨੀ ਹੋਈ ਆ ਰੇੜੀ ਦੇ, ਸ਼ਾਇਦ ਅਲੀ ਨੇ ਕੱਟੀ ਜਿਹੜਾ ਚੁੱਕ ਲਿਆ ਛਾਂ ਅਤੇ ਕਿਧਰੇ ਜਿਹੜਾ ਬੰਨਣ ਵਾਸਤੇ ਜਿਹੜਾ ਲੈ ਕੇ ਜਾ ਰਹੇ ਨੇ। ਬਿੱਲੋ ਜਿਹੜਾ ਕਾਫੀ ਦਿਨਾਂ ਬਾਅਦ ਆਈ ਆ, ਮੈਂ ਚਲੋ ਅੱਜ ਜਿਹੜਾ ਇਹਦਾ ਵਿਲਾਗ ਬਣਾ ਲਈਏ। ਤੇਰੇ ਅੱਬੂ ਕਦੋਂ ਆਉਣਾ? ਪਰਸੋਂ ਫੋਨ ਕੀਤਾ ਸੀ ਲਾ ਸ਼ਾਹ ਲਾ ਆਉਂਦਾ ਇਹਨੇ ਹੁਣ ਮੈਨੂੰ ਤਾਂ ਕੋਈ ਨੂੰ ਦਿੰਦੀ ਇਹਨੂੰ ਬਿੱਲੋ ਤਾਂ ਕਹਿੰਦੇ ਆਉਂਦੀਆਂ, ਬਿਲਕੁਲ ਬਿੱਲੀ ਤਰ੍ਹਾਂ ਅੱਖੀ ਹੈਗੀਆਂ ਨੇ, ਤੁਸੀਂ ਚੈੱਕ ਕਰੋ ਬਿਲਕੁਲ ਬਿੱਲੋ ਹੈ ਹੈਨਾ। ਤੇਰਾ ਨਾਂ ਕੀ ਸਿੱਧਾ ਪਤਾ ਹੈ? ਬਿੱਲੀ ਕੈਰੀ ਬਿੱਲੀ। ਹੁਣ ਅਜੇ ਉਹਦੀ ਅੰਮੀ ਨੇ ਜਿਹੜਾ ਝਾੜੂ ਲਾਇਆ ਸਾਰੇ ਇੱਥੇ ਪੱਠੇ ਪੁੱਠੇ ਜਿਹੜਾ ਪਏ ਨੇ ਉਵੇਂ ਸਾਰਾ ਗੰਦ ਪਾ ਦਿੱਤਾ ਜੀ ਦੁਬਾਰਾ। ਫਿਰ ਕੰਮ ਕਰਾਂਗੀ ਕੀ ਕਰਨੀ? ਕੀ ਕੰਮ ਕਰਨੀ? ਥੋੜੀਆਂ ਤੋਰੀਆਂ ਪਈਆਂ ਨੇ ਗਿਆ ਉਹ ਚਲੋ ਕਰ ਚਲੋ ਆਲੂ ਸੇਲ ਕਰ ਚ ਥੋੜੀਆਂ ਗਿਆ ਤੋਰੀ ਪਵੇ ਪਿਆਜ਼ ਪੂਜ ਪਾ ਕੇ ਤੇ ਆ ਬਣਾ ਪਕਾਉਣ ਦਾ ਫੈਸਲਾ ਹੋ ਗਿਆ ਸਾਲਣ ਪਕਾਉ। ਤੁਸੀਂ ਪਕਾਉਂਦੇ ਪਏ ਨੇ? ਪਕਾਇਆ ਹੀ ਨਹੀਂ ਕੀ ਪਕਾਉ ਨੇ? ਕੋਈ ਨਹੀਂ ਅਜੇ ਤੁਹਾਡੇ ਕੋਈ ਨਹੀਂ ਨਾ ਕੀਤਾ ਕਰ ਤਲੀਮ ਨਾ ਖਲੋਤੀ ਕਰਕੇ ਲੇਖੇ ਸਿਰ ਬਿੱਲੋ ਹੁਣ ਕਮਲੀ ਹੋ ਗਈ। ਇੱਥੇ ਜਿਹੜਾ ਬਿੱਲੋ ਦੀ ਸਿਸਟਰ ਜਿਹੜਾ ਆਟਾ ਜਿਹੜਾ ਗੁੰਨ ਰਹੀ ਬਿਲਕੁਲ ਛੋਟਿਆਂ ਛੋਟਿਆਂ ਹੱਥਾਂ ਨਾਲ ਅਤੇ ਬਹੁਤ ਹੀ ਪਿਆਰਾ ਜਿਹੜਾ ਆਟਾ ਗੁੰਨ ਲੈਂਦੀ। ਬਿਲਕੁਲ ਛੋਟੀ ਜਿਹੀ ਹੈਗੀ ਸੀ ਉਦੋਂ ਜਿਹੜਾ ਆਟਾ ਉਟਾ ਗੁੰਨਦੀ ਆ, ਕਿਉਂਕਿ ਬਿੱਲੋ ਦੀ ਅੰਮੀ ਜਿਹੜਾ ਚਲੀ ਜਾਂਦੀ ਆ ਪੱਠਿਆਂ ਪੁੱਠਿਆਂ ਨੂੰ ਕਿਧਰੇ ਜਿਹੜਾ ਮੱਕੀ ਵਗੈਰਾ ਲਾਉਣੀ ਹੋਵੇ ਨਾ ਅਤੇ ਇਹ ਪਿੱਛੋਂ ਜਿਹੜਾ ਆਟਾ ਗੁੰਨ ਕੇ ਅਤੇ ਕਿਸੇ ਚਾਚੀ ਕੋਲ ਜਿਹੜਾ ਰੋਟੀਆਂ ਲਵਾ ਕੇ ਆਦਿ ਜਿਹੜਾ ਬਾਕੀ ਦੇ ਛੋਟਿਆਂ ਭੈਣਾਂ ਪਾਈਆਂ ਜਿਹੜਾ
ਰੋਟੀ ਸਾਲਣ ਜਿਹੜਾ ਦੇ ਲੈਂਦੀ ਆ, ਅਤੇ ਇਹ ਦੰਨ ਦੱਸ ਦੇਵਾਂ ਜੇਬ ਅਲੀ ਤੂੰ ਜਿਹੜਾ ਛੋਟੀ ਹੈਗੀ ਆ ਅਤੇ ਆਟਾ ਵੇਖ ਲਓ ਮਾਸ਼ਲ ਜਿਹੜਾ ਗੁੰਨ ਲੈਂਦੀ, ਜੇਬ ਅਲੀ ਆਦ ਜਿਹੜਾ ਇਵੇਂ ਫਿਰਦਾ ਰਹਿੰਦਾ ਸਾਰਾ, ਅਤੇ ਵੇਖ ਲੈ ਤਾਂ ਤੂੰ ਨਿੱਕੀ ਹੈ ਉਹ ਕਿਵੇਂ ਕਹਿੰਦੇ ਨੇ ਵੀ ਬੇਟੀਆਂ ਦੇ ਜਿਹੜਾ ਸਿਰ 'ਤੇ ਸ਼ੁਰੂ ਲਾ ਤੂੰ ਜਿਹੜਾ ਉਹਨਾਂ ਦੀ ਮਾਂ ਜਿਹੜਾ ਕੰਮ ਕਰਾਉਣਾ ਜਿਹੜਾ ਸਿਖਾਉਣਾ ਸ਼ੁਰੂ ਕਰ ਦਿੰਦੀ, ਉਹੀ ਗੱਲ ਬਣੀ ਆ। ਇਹ ਵੀ ਜਿਹੜਾ ਛੋਟੀ ਹੁੰਦੀ ਆਦ ਜਿਹੜਾ ਆਟਾ ਊਟਾ ਗੁੰਨ ਲੈਂਦੀ ਆ, ਝਾੜੂ ਵਗੈਰਾ ਹੀ ਲਾ ਲੈਂਦੀਆਂ ਨੇ ਸਾਰਾ ਹੀ, ਬਲਕਿ ਟੋਟਲੀ ਬਰਤਨ ਬੁਰਤਨ ਜਿਹੜਾ ਧੋ ਲੈਂਦੀਆਂ ਨੇ, ਫਿਰ ਸਮਝ ਲਓ ਉਹਨੂੰ ਟੈਨਸ਼ਨ ਕੋਈ ਨਹੀਂ ਹੁੰਦੀ। ਜਿਸ ਵਕਤ ਹੀ ਆਵੇ ਉਹ ਆਦ ਬਹਿਣਾ ਪਈਆਂ ਜਿਹੜਾ ਲੈ ਕੇ ਬੈਠੀ ਹੁੰਦੀ। ਇੱਥੇ ਜਿਹੜਾ ਬਹਿ ਗਈਆਂ ਬੜੀ ਠੰਡੀ ਜਿਹੜਾ ਹਵਾ ਟਾਲੀ ਦੇ ਜਿਹੜਾ ਲੱਗ ਰਹੀ ਆ। ਇੱਥੇ ਜਿਹੜਾ ਬਿੱਲੋ ਦੀ ਅੰਮੀ ਬੈਠੀ ਆ, ਬਿੱਲੋ ਦਾ ਛੋਟਾ ਜਿਹੜਾ ਬਾਈ ਸਾਰੇ ਜਿਹੜਾ ਅੰਮੀ ਹੋਰੀ ਇੱਥੇ ਹੀ ਆਏ ਹੋਏ ਨੇ, ਜਾਂ ਫਿਰ ਅਲੀ ਜੇਬ ਅਲੀ ਇੱਥੇ ਜਿਹੜਾ ਖੜ੍ਹੇ ਨੇ। ਅਤੇ ਆਲਾ ਵੀ ਲਾਗ ਕਰਨੀ ਇੱਥੇ ਖਤਮ, ਆਹ ਦੇ ਬਹਿਣ ਪਕੇ ਪਕਾਉਂਦੀਆਂ ਪਈਆਂ ਨੇ ਉਹ ਰੂਚ ਫਾਤਮਾ। ਅੱਛਾ ਚੱਲ ਉਹਨਾਂ ਨੂੰ ਚੱਲ ਕੇ ਜਿਹੜਾ ਔਰ ਕਰਾਉਂਦੇ ਹਾਂ, ਅਤੇ ਫਿਰ ਸਮਝ ਲਓ ਮੈਨੂੰ ਕੋਈ ਟੈਨਸ਼ਨ ਨਹੀਂ, ਫਿਰ ਉਹ ਰੋਟੀ ਸਾਲਣ ਜਿਹੜਾ ਬਣਾ ਲੈਣਗੀਆਂ, ਅਤੇ ਰੋਟੀਆਂ ਜਿਹੜਾ ਮੈਂ ਲਾਲ ਆਟਾ ਉੱਟਾ ਜਿਹੜਾ ਗੁੰਨ ਲੈਂਦੀਆਂ ਨੇ। ਇਹ ਵਾਲਾ ਵੀ ਲਾਹ ਕਰਨੀ ਇੱਥੇ ਖਤਮ, ਆਹ ਦੇ ਬਹਿਣ ਪਕੇ ਲੈਣੀ ਇਜਾਜ਼ਤ। ਅੱਲਾ ਫੇਸ ਅੱਲਾ ਦੀ ਜਬਾਨ।